ਅਸਲਾਮੁਅਲੈਕਮ ਕਿਹਾ ਲੈ ਤੁਸਾਂ ਸਾਰਿਆਂ ਦਾ ਅੱਜ ਦਾ ਵਲੌਗ ਥਿੰਦਾ ਪਏ ਸਟਾਰਟ ਸਭ ਤੋਂ ਪਹਿਲੇ ਮੈਂ ਤੱਕੂ ਨਿਊ ਮਾਡਲ 2022 ਦਾ ਤੱਕੂ ਇੱਕ ਬਾਈਕ ਦਾ ਇੱਕ ਮੋਟਰਸਾਈਕਲ ਦਾ ਮਾਡਲ ਦਿਖੇਂਦੀ ਪਈਆ ਤੁਸਾਂ ਜ਼ਰੂਰ ਹੀ ਕੋਈ ਇੰਜੋਏ ਕਰੇ ਸੋ ਅੱਛਾ ਜੀ ਮੈਂ ਗੁਜ਼ਰਦੀ ਪਈ ਹਮੇ ਤਾਂ ਮੇਰੀ ਨਜ਼ਰ ਇੰਦੇ ਤੇ ਪਈਏ ਦੇਖੋ ਜੀ ਮੈਂ ਕਿ ਤੱਕੂ ਵੀ ਜ਼ਰੂਰ ਦਿਖਾਵਾਂ ਬਗੈਰ ਟਾਇਰ ਦੀ ਮੋਟਰਸਾਈਕਲ 2022 ਦਾ ਨਵਾਂ ਮਾਡਲ ਹਿੱਕ ਟਾਇਰ ਹੈ ਤਾਂ ਹਿੱਕ ਨਹੀਂ ਇਹ ਚਲਸੀ ਕਿਵੇਂ ਮੈਨੂੰ ਕੁਝ ਪਤਾ ਕੋਈ ਨਹੀਂ ਦੇਖੋ ਤਾਂ ਆਪ ਜੀ ਸੋ ਅੱਛਾ ਜੀ ਤਾਂ ਕਮ ਸ਼ਮ ਸਰਾਥੀ ਗਏ ਸ਼ੁਰੂ ਕਪੜਿਆਂ ਦੀ ਇਸਤਰੀ ਸ਼ੁਰੂ تھی ਚੁਕੀਏ ਮੇਰੀ ਕੰਮ ਵਾਲੀ ਮਾਸੀ ਲੱਗੀ ਖੜੀ ਆਪਣੇ ਕੰਮ ਕੋ ਅੱਛਾ ਧੀ ਜੋ ਹੈ ਨਾ ਕਪੜੇ ਇਸਤਰੀ ਖੜੀ ਕਰੇ ਦੀ ਮਾਂ ਆਪਣੀ ਸਾਫ ਸਫਾਈ ਕੋ ਲੱਗੀ ਵਦੀ ਹੈ ਥਾਂਜੀ ਉਹਨਾਂ ਵਾਸਤੇ ਮੈਂ ਖਾਣਾ ਪੈਕ ਕਰੇ ਦੀ ਪਈਆਂ ਅੰਡੇ ਗਰੇਵੀ ਦੀ ਭਾਜੀ ਇਹ ਹਿੰਜੀ ਫ੍ਰੈਂਚ ਫ੍ਰਾਈਜ਼ ਇਹ ਹੈ ਰੋਟੀ ਇਹ ਮੈਂ ਪੈਕ ਕਰਕੇ ਰੱਖਦੀ ਪਈਆਂ ਤਾਂ ਕੋ ਪਤਾ ਹੀ ਨਾ ਕੋ ਜਲਦੀ ਹੁੰਦੀ ਹੈ ਇਹ ਘਰ ਚੋਂ ਨਿਕਲ ਕੇ ਬਾਏ ਘਰ ਚ ਵਜਣ ਵਾਸਤੇ ਅੱਛਾ ਜੀ ਇਥੇ ਮੈਂ ਬੜੇ ਦੀ ਪਈਆਂ ਅੱਜ ਦਾਲ ਚਾਵਲ ਸਾਰਿਆਂ ਦੀ ਫੇਵਰਿਟ ਰੈਸিপি ਫੇਵਰਿਟ ਡਿਸ਼ ਸਾਰਿਆਂ ਦੀ ਮੈਂ ਦੂਧ ਦਾਲ ਨੂੰ ਮਿਕਸ ਕਰਕੇ ਬੜਿਆਂ ਦੀ ਹੋ ਗਈ ਉਹ ਡੱਠੀ ਬਸ ਮੇਰੇ ਕੋ ਹਿੱਕ ਕੱਪ ਘਣਣਾ ਹੀ ਮੇਰੇ ਖਲੇ ਸਵਾ ਕੱਪ ਤਾਂ ਲਗਾ ਗਏ ਦੇਖੋ ਦਾਲ ਬਾਰੂ ਵੀ ਡੱਠ ਗਈ ਤਾਂ ਨਾਲ ਗਾਲੀ ਕਰਦੇ ਕਰਦੇ ਮੇਰੇ ਕੋ ਪਤਾ ਨਹੀਂ ਲਗਾ ਦਾਲ ਜ਼ਿਆਦਾ ਨਿਕਲ ਗਈ ਖੈਰ ਚਲੋ ਛੋੜੋ ਅੱਛਾ ਜੀ ਇਹ ਮੇਰੇ ਖਲੇ ਚਾਵਲ ਵੀ ਪੈਣ ਇਹ ਵੀ ਮੇਰੇ ਕੋ ਡੇ ਛੋੜਾ ਕਿਉਂਕਿ ਅੱਜ ਵਲਾਸ ਚਾਵਲ ਬੜਦੇ ਪੈਣ ਦਾਲ ਚਾਵਲ ਬੜਦੇ ਪੈਣ ਤਾਂ ਇਹਨਾਂ ਨੂੰ ਕੌਣ ਖਾਸੀ ਅੱਛਾ ਜੀ ਉਹਦਾ ਖਾਣਾ ਥੀ ਗਿਆ ਪੈਕ ਇਹ ਕੋ ਸਾਈਡ ਦੇਉ ਤੇ ਮੈਂ ਰੱਖੈਂਦੀ ਆ ਇਹਨੂੰ ਜੀ ਮੈਗੀ ਦਾ ਪਾਣੀ ਵੀ ਫਰੈਸ਼ ਕਰਨਾ ਆਈ ਤਾਂ ਮੈਂ ਕਿ ਧੋ ਕੇ ਗਰਮੀ ਦਾ ਮੌਸਮ ਹੈ ਕੋ ਬਹੁਤ ਪਿਆਸ ਲੱਗਦੀ ਹੈ ਮੈਂ ਕਿ ਰੋਜ਼ ਦਾ ਰੋਜ਼ ਹੁੰਦਾ ਪਾਣੀ ਮੈਂ ਫਰੈਸ਼ ਕਰੈਂਦੀ ਆ ਇਹ ਜੀ ਆ ਗਏ ਮੈਗੀ ਦਾ ਪਾਣੀ ਇਹ ਕੋ ਖਾਣਾ ਵੀ ਦੇਂਦੀ ਆ ਜਾ ਅੱਛਾ ਇੱਥੇ ਮੈਂ ਬੈਠ ਤੇ ਆ ਕੇ ਬੈਠੀਆਂ ਤਾਂ ਉਹ ਲੜ ਕਰਨ ਸ਼ੁਰੂ ਥੀ ਗਏ ਨਾ ਮੇਰੇ ਪੇਰ ਦੇ ਨਾਲ ਖੜ੍ਹਾ ਖੜਾ ਕਰਿੰਦਾ ਹੈ ਇਹ ਸਾਰਾ ਧੀ ਮੇਰੇ ਨਾਲ ਨਾਲ ਹੁੰਦਾ ਹੈ ਮੇਰੇ ਨਾਲ ਖੇਡਦਾ ਵਧਾ ਰਾਂਦਾ ਹੈ ਇੰਜੋਏ ਕਰਿੰਦਾ ਹੈ ਅੱਛਾ ਹੁਣ ਥੱਕ ਹਾਰ ਕੇ ਬੈਠਾ ਹੈ ਰੈਸਟ ਕਰਨ ਦਾ ਪਿਆ ਰੈਸਟ ਕਿਉਂ ਕਰਨ ਦਾ ਪਿਆ ਉਹਦੀ ਵਜ੍ਹਾ ਸਾਹਮਣੇ ਦੇਖੋ ਇਹ ਇਹ ਦੇਖੋ ਇਹ ਵਜ੍ਹਾ ਹੈ ਜੀ ਇਹ ਦੀ ਰੱਖੀ ਵਾਸਤੇ ਸਾਰਾ ਦੀ ਬੈਠਾ ਰਹਿੰਦਾ ਕਿ ਇਹ ਕਿਥੇ ਇੰਤੇ ਉਤੇ ਭਜ ਨਾ ਵਣੇ ਇਹ ਹੈ ਜੀ ਮਿਸਿਸ ਮੈਗੀ ਉਹਦੇ ਸਾਹਮਣੇ ਬੈਠੀ ਏ ਉਹ ਸਾਹਮਣੇ ਬੈਠੀ ਏ ਲੇਟ ਕਿਉਂ ਕੋ ਦੇਧਾ ਪਿਆ ਇੰਦੀ ਇਹ ਵਜ੍ਹਾ ਹੈ ਇਹ ਵਾਸਤੇ ਜੋ ਹੈ ਨਾ ਲੇਟ ਕਿਉਂ ਕੋ ਦੇਧਾ ਪਿਆ ਅੱਛਾ ਜੀ ਇਹ ਹੁਣ ਸਾਰੇ ਦਾਲ ਪਕਣਾ ਇੱਥੋਂ ਥੀ ਗਈ ਸ਼ੁਰੂ ਜਲਦੀ ਨਾਲ ਮੈਂਦੇ ਚ ਹਲਦੀ ਵਗੈਰਾ ਘਰ ਤੇ ਉਕੋ ਬਾਲ ਛੋੜੇ ਹੁੰਜੀ ਤੜਕਾ ਬੜਦਾ ਪੈ ਮਜ਼ੇਦਾਰ ਜੀਆਂ ਸਾਈ ਕੁਲੇ ਸੋਂ ਤੜਕਾ ਇਹ ਜੀ ਸਾਰਾ ਸੋਹਣਾ ਜੈ ਰੰਗ ਵਾਲਾ ਤੜਕਾ ਰੈਡੀ ਥੀ ਗਾਇ ਇਹਨੂੰ ਦਾਲ ਜੋ ਹੈ ਨਾ ਉਬਲ ਉਬਲ ਕੇ ਚੁੱਲੇ ਧੋਤੇ ਢਾਈ ਗਈ ਹੈ ਸਾਰੀ ਚੁੱਲਾ ਵੀ ਖਰਾਬ ਥੀ ਗਾਇ ਅੱਛਾ ਇਹਨੂੰ ਦਾਲ ਸਾਰੀ ਰੈਡੀ ਥਿੰਦੀ ਪਈ ਹੈ ਮਜ਼ੇਦਾਰ ਜੀਆਂ ਤੜਕਾ ਜਿਹੜਾ ਮੈਂ ਬੜਾਈ ਖਰੀਆ ਮੈਂ ਕੋ ਚੰਗੀ ਤਰ੍ਹਾਂ ਕਰੇਂਦੀ ਆ ਮਿਕਸ ਅੱਛਾ ਦਾਲ ਮੇ ਘਾਟੀ ਘਾਟੀ ਬੜੇਨੀਆ ਥੋੜੀ ਜਿਹੀ ਪਤਲੀ ਬੜਾਵਾ ਨਾ ਸਮਰ ਜ਼ਿਆਦਾ ਇਵੇਂ ਲੱਗਦਾ ਕਿ ਜਿਵੇਂ ਕੈਦੀ ਖਾਂਦੇ ਹੋਵੇ ਨਾ ਕੈਦੀਆਂ ਦੀ ਦਾਲ ਹੋਵੇ ਇਤਨੀ ਮੈਂ ਘਾਟੀ ਬੜਾਈ ਖਣੀਆਂ ਥੋੜਾ ਠੱਡਾ ਥੀ ਹੋਣ ਦੇ ਬਾਅਦ ਬਈ ਬਈ ਇਹ ਘਾਟੀ ਥੀ ਵੈਸੀ ਅੱਛਾ ਜੀ ਇਹਨੂੰ ਚਾਵਲ ਵੀ ਸਾਰੇ ਤਕਰੀਬਨ ਪੱਕਣ ਆ ਲੈਣ ਤੇ ਇਹ ਨੂੰ ਮੈਂ ਨਾਲ ਬੜੇ ਦੀ ਪਿਆ ਸਾਵੀ ਵਾਲੀ ਚਟਣੀ ਦਹੀ ਦੀ ਚਟਣੀ ਬੜੇ ਸਾਂ ਇਹਦੇ ਚ ਵੈਸੇ ਜੀ ਸਾਵੀਆਂ ਮਿਰਚਾਂ ਧਾਣੀਆਂ ਵੈਸੇ ਪੁਦੀਨਾ ਵੇਸੀ ਤੇ ਲਸਣੀ ਨੂੰ ਮੈਂ ਦਹੀਂ ਵੀ ਕੱਢੀ ਖਣੀਆਂ ਬੱਜਲ ਦੇ ਨਾਲ ਚਟਣੀ ਕੋ ਅਸਾਂ ਕਰੇਂਦੇ ਹੈ ਰੈਡੀ ਉਹਦੇ ਬਾਅਦ ਜਿਹੜਾ ਕੰਮ ਉਸੀ ਹੋਰ ਨਾਲ ਨਾਲ ਕਰੇ ਸੋ ਇਥਾ ਚਟਣੀ ਸਾਡੀ ਤਿਆਰ થઈ ਗਈ ਝਟਪਟ ਇਹਦੇ ਵਿੱਚ ਮੈਂ ਜੋ ਹੈ ਨਾ ਪਾਣੀ ਦਾ ਬਿਲਕੁਲ ਇਸਤੇਮਾਲ ਨਹੀਂ ਕੀਤਾ ਸਿਰਫ ਔਰ ਸਿਰਫ ਦਹੀਂ ਘਤੀ ਹੈ ਅੱਛਾ ਜੀ ਸਟ੍ਰਾਬਰੀਜ਼ ਪਈਆਂ ਮੈਂ ਕਿ ਜਲਦੀ ਨਾਲ ਇਹਦਾ ਸ਼ੇਕ ਬਣਾਵਾਂ ਚਾ ਅੱਜ ਕੋਈ ਮੈਂ ਮਿੱਠੇ ਡਿਸ਼ ਤਾਂ ਨਹੀਂ ਬਣਾਈ ਇਹ ਮੇਰਾ ਖਿਆਲ ਇਹ ਰੂਹ ਅਫਜ਼ਾ ਮੈਂ ਨਾਲ ਘਤੇ ਨਹੀਂ ਪਈ ਮੈਨੂੰ ਲੱਗਦਾ ਹੈ ਜ਼ਿਆਦਾ ਘਤੀ ਚ ਗਏ ਅੱਛਾ ਜੀ ਇਹ ਖਾਣਾ ਵਾਣਾ ਜਿਹੜਾ ਮੈਂ ਪੈਕ ਕਰਕੇ ਰੱਖਾ ਹੈ ਤੇ ਪੈਸੇ ਜਿਹੜੇ ਕੱਪੜੇ ਸਿਰ ਕਰਵਾਏ ਹਾਂ ਮੀਨਾ ਉਹ ਦੇ ਕੇ ਉਹ ਕੋ ਮੈਂ ਕਰਨ ਦੀ ਪਿਆ ਰਵਾਨਾ ਚਲੋ ਜੀ ਅੱਲਾ ਹਾਫਿਜ਼ ਟਾਟਾ ਬਾਏ ਕੱਲ ਮਿਲਸੋ ਇਨਸ਼ਾਅੱਲਾ ਉਹ ਤਾਂ ਗਈਆਂ ਰਵਾਨਾ ਥੀ ਗਿਆ ਇਹਨੂੰ ਮੈਂ ਤਾਂ ਕੁੜੀ ਖਾਵਾ ਮੈਗੀ ਕੋਏ ਮੈਗੀ ਮਿਸਟਰ ਮੈਗੀ ਕਿਵੇਂ ਸੁੱਤਾ ਪਾ ਛਿਪਕਲੀ ਦੇ ਕਰ ਦਰਵਾਜ਼ੇ ਦੇ ਨਾਲ ਹੀ ਇਹ ਗਰਮੀਆਂ ਦੇ ਵਿੱਚ ਇਵੇਂ ਹੀ ਸੁੰਦਾ ਮੈਂ ਕੋ ਜਲਦੀ ਨਾਲ ਖਾਣਾ ਦੇਵਾਂ ਚਾ ਪਾਣੀ ਤਾਂ ਮੈਂ ਦਾ ਰੱਖ ਛੋੜਾਈ ਅੱਜ ਮੈਂ ਦਾ बीफ वाला टिन खुला पिया क्योंकि बीफ खवण बहुत पसंद है देखो इंतजार च बैठा है को पता लग गया कि मेरा टिन जो है ना ओपन थिंदा पाए खुलदा पाए तो एक को पता लग वेंदा है टिन को ही पहचान वेंदा है कि मेरा खाना आंता पाए को जल्दी नाल ना ताकि खावे खड़ा क्योंकि एक कुत बीफ फ्लेवर ही चाहिए है तो बीफ चाहिए हों है होंद शौक नाल ना चिकन कुत मूह ही नहीं लेंदा ही नहीं अच्छा बहरहाल वो शुरू थी गए खावा पाए कितने शौक नाल खांदा पाए ਇਤਤ ਮੇ ਤਾਂ ਕੁ ਆਦੀ ਪਿਆ ਮੀਨ ਰੂਵਰ ਮੈਕ ਨੂੰ ਥੋੜਾ ਜਿਆਦਾ ਘਤੀਜ ਗਏ ਹੁਣ ਵਲਾ ਉਹਦੇ ਚ ਵੀ ਆ ਖੀਰ ਘੱਟ ਕੇ ਤਾਂ ਮੈਂ ਉਹ ਕੋ ਥੋੜਾ ਉਹਦੇ ਕਲਰ ਕੋ ਉਹਦੇ ਫਲੇਵਰ ਕੋ ਥੋੜਾ ਚੇਂਜ ਕਰਨ ਦੀ ਕੋਸ਼ਿਸ਼ ਕਰਾਂ ਦੀ ਪਈਆਂ ਕਿ ਤਾਂਕੇ ਲਾਲ ਸ਼ਰਬਤ ਨਾ ਲੱਗੇ ਵਾਕਈ ਸਟਰਾਬਰੀ ਮਿਲਕਸ਼ੇਕ ਲੱਗੇ ਕਾਫੀ ਬਿਹਤਰ ਥੀ ਗਏ ਇਨੋ ਜੀ ਸਾਰੇ ਘਰ ਦੇ ਸਾਹਮਣੇ ਹੈ ਪੇ ਮਸਜਿਦ ਜ਼ੋਰ ਦੀ ਅਜ਼ਾਨ ਵੀ ਤਾਂ ਸ਼ੁਰੂ ਥੀ ਗੀਆਂ ਮੈਂ ਤਾਂ ਕੋ ਦਿਖੈਂਦੀ ਪਈਆਂ ਜਲਦੀ ਨਾਲ ਥੀਨੇ ਫਰੈਸ਼ ਨਮਾਜ਼ ਪੜਦੇ ਆ ਉਹਦੇ ਬਾਅਦ ਜਿਹੜਾ ਕੰਮ ਹੋਸੀ ਉਹ ਵੀ ਜਲਦੀ ਨਾਲ ਅਸਾਂ ਖਤਮ ਕਰੇ ਸੂ ਅੱਛਾ ਜੇ ਸਮਰ ਰਜ਼ਾ ਵੀ ਖੈਰ ਖਰੀਅਤ ਨਾਲ ਘਰ ਪਹੁੰਚ ਗਏਨ ਜਲਦੀ ਨਾਲ ਮੈਂ ਉਹਨਾਂ ਕੋ ਲੰਚ ਦੇਵਾ ਚਾਹ ਉਹਨਾਂ ਦੀ ਪਲੇਟ ਥੀ ਗਏ ਰੈਡੀ ਇਹ ਸਾਰੇ ਦਾਲ ਚਾਵਲ ਚਟਨੀ ਅਚਾਰ ਜੋ ਵੀ ਹੈ ਮੀਨੂ ਦੇ ਵਿੱਚ ਅੱਜ ਰੈਡੀ ਥੀ ਗਏ ਹੁਣ ਮੈਂ ਉਹਨਾਂ ਕੋ ਦੇਵਾ ਤਾਂ ਉਹ ਖਾਵੇਂ ਮੈਂ ਚਾਹਾਂ ਪਰਸ ਵਜਣਾ ਹੈ ਮੈਨੂੰ ਸੋਦੇ ਘਿਣਨ ਵਾਸਤੇ ਮੰਥਲੀ ਸੋਦੇ ਘਿਣਨ ਵਾਸਤੇ ਵਜਣਾ ਹੈ ਮੰਥਲੀ ਸੌਦੇ ਤਾਂ ਨਹੀਂ ਹੁੰਦੇ ਵੀਕਲੀ ਆਖ ਸੰਦੇ ਵਈ 15 ਡੀ ਦੇ ਬਾਅਦ ਬਣ ਕੇ ਸੌਦੇ ਗਿਣਨੇ ਹੁੰਦਣ ਉਹ ਤੂੰ ਸਾਖ ਸੰਦੇ ਵੇ ਮੇਰੀ ਦੀ ਤੇ ਮੈਂ ਵੇਂਦੇ ਪਹੈ ਐਸਾ ਸੌਦਾ ਸਲਫ ਗਿਣਣ ਅਸਾ ਵੇਂਦੇ ਪਹੈ ਰਿਕਸ਼ਾ ਦੇ ਉਤੇ ਕਿਉਂਕਿ ਸਮਰ ਰਜ਼ਾ ਹੁਣੇ ਹੁਣੇ ਆਫਿਸ ਚੋ ਆਏ ਤਾਂ ਮਜ਼ੀਦ ਮੈਂ ਉਹਨਾਂ ਕੋ ਨਿੱਥ ਕਾਉਣਾ ਚਾਹਦੀ ਇਹ ਵਾਸਤੇ ਮੈਂ ਕਿ ਤੂੰ ਸਾ ਰੈਸਟ ਕਰੋ ਤਾਂ ਅਸਾ ਵੇਂਦੇ ਜਲਦੀ ਨਾਲ ਗਿਣ ਕੇ ਆਂਦੇ ਹਾਂ ਅਸਾ ਵੇਂਦੇ ਪਹੈ ਉੱਤੇ ਵਾਲੇ ਕਿਸੇ ਦੇ ਵੀ ਜਿੱਥਾ ਸ਼ੈਂਪੂ ਵਗੈਰਾ ਕੰਡੀਸ਼ਨਰ ਪਰਫਿਊਮ ਕਾਫੀ ਸਾਰੀਆਂ ਚੀਜ਼ਾਂ ਘਿਰ ਲਿਆ ਹੁੰਦੀਆਂ ਤਾਂ ਪਹਿਲੇ ਵਨ ਕੀ ਅਸਾਂ ਉੱਤੇ ਦਾ ਕੰਮ ਖਤਮ ਕਰਦੇ ਆ ਜਿਹਦੇ ਪੈਵੇਂ ਜੁੱਤੀਆਂ ਖੜੀਆਂ ਕਹੇ ਨਾ ਕਮ ਦੀਆਂ ਜੁੱਤੀਆਂ ਇਤਨੀਆਂ ਸਾਰੀਆਂ ਜੁੱਤੀਆਂ ਰੱਖਦੇ ਨੇ ਇਤਨੀ ਲੋ ਕੁਆਲਿਟੀ ਹੁੰਦੀ ਹੈ ਇਹਨਾਂ ਦੀ ਜੁੱਤੀਆਂ ਦੀ ਬਹਰਾਲ ਚੱਕਰ ਲਾਉਣ ਤਾਂ ਸਾਡਾ ਫਰਜ਼ ਹੈ ਨਾ ਭਈ ਅਸਾਂ ਵੈਸੋ ਤਾਂ ਘੁੰਮ ਫਿਰ ਕੇ ਤਾਂ ਆਸੂ ਇਹ ਹੈ ਜੀ ਸਾਡੀ ਉਤੂ ਦੀ ਸ਼ਾਪਿੰਗ ਉੱਤੇ ਦੀ ਸ਼ਾਪਿੰਗ ਹੁਣ ਅਸਾਂ ਵੇਂਦੇ ਆ ਪਾ ਹੈ ਹੇਟ ਸਾਰੀ ਜੋ ਹੇਟ ਵਨ ਕੇ ਤਾਂ ਕੀ ਦਿਖ ਮਰੇ ਬੇਤਹਾਸ਼ ਚੀਜ਼ਾਂ ਸਾਰੀ ਸ਼ਾਪਿੰਗ ਥੀ ਗਈ ਅਸਾਂ ਸ਼ਾਪਰਾਂ ਦੇ ਵਿੱਚ ਲੜੜੀਆਂ ਫੱਡੀਆਂ ਫਸੀਆਂ ਵਹਿੰਦਿਆ ਪਈਆਂ ਹੈ ਘਰ ਸ਼ਾਪਿੰਗ ਸਾਰੀ ਥੀ ਗਈ ਸਾਰੇ ਪੇਰਾ ਦੀ ਸ਼ਾਪ ਸ਼ਾਪਰ ਇਨ ਪੈਤ ਦਰਮਿਆਨ ਦੇ ਵਿੱਚ ਸ਼ਾਪ ਪਰ ਸ਼ਾਪ ਪਰ ਇਹਨੂੰ ਪੈਸੇ ਛੇਸੇ ਮੈਂ ਕੱਢੀ ਬੈਠੀਆਂ ਤਾਕੂ ਪਤਾ ਹੈ ਕਿ ਉਮੈਦ ਲਵਾਨਾ ਦੇਸੀ ਰਿਕਸ਼ੇ ਤੋਂ ਮੈਂ ਪਹਿਲੇ ਕੱਢ ਬੈਠੀਆਂ ਅੱਛਾ ਜੀ ਘਰ ਵਹਿੰਦੇ ਪਹ ਹੈ ਇੱਥਾਂ ਜੀ घर आके मैं तक कोई सीन नहीं दिखाया क्योंकि मैं बहुत थक गई मी रात को अच्छा जीता बर्गर वगैरह मंगाए मेरे निनाण भी आई बैठी है सारिया इो डिसाइड किया दे है कि बर्गर का ऑर्डर देते हैं हूँ बर्गर आ गए खैर खैत निल के असा इंजॉय करें दे, दे बैठे हैं रात को असा पार्टी करें बैठे हैं ये जी फ्रेंच फ्राइज तो ये जी मज़ेदार जय बर्गर बर्गर वाकई बहुत मजेदे हैं तो बहुत स्पाइसी हैं बहुत चटपटे बड़े हुए हैं ਇਹ ਸਾਡੀ ਜੀ ਪਾਰਟੀ ਚਲਦੀ ਪਈ ਹੈ ਅੱਜ ਦਾ ਵਲੌਗ ਅੱਜ ਦੀ ਰੁਟੀਨ ਮੈਂ ਤਾਂ ਕੋ ਦਿਖਾ ਦਿੱਤੀ ਹੈ ਮੇਰੇ ਸਾਰੇ ਦੀ ਦੀ ਜੋ ਮਸਰੂਫੀਅਤ ਹੈ ਅੱਛਾ ਜੀ ਇਹ ਨੂੰ ਨਾਲ ਕੋਲ ਡਰਿੰਕਸ ਵੀ ਆ ਗਈਆਂ ਹੁਣ ਤੁਸੀਂ ਆਪਣਾ ਖਿਆਲ ਰੱਖਾ ਸਾ ਕੋਈ ਇਜਾਜ਼ਤ ਦਿਓ ਤਾਂ ਅਸਾ ਬਹਿ ਕੇ ਤਸੱਲੀ ਨਾਲ ਖਾਉ ਤਾਂ ਇੰਜੋਏ ਕਰੂੰ ਅੱਲਾ ਹਾਫਿਜ਼